ਤੁਹਾਨੂੰ ਆਸਟ੍ਰੇਲੀਆ ਲੈ ਚੱਲਦੇ ਹਾਂ। ਆਸਟ੍ਰੇਲੀਅਨ ਇੰਡੀਅਨ ਸਪੋਰਟਸ ਐਜੂਕੇਸ਼ਨਲ ਐਂਡ ਕਲਚਰਲ ਸੁਸਾਇਟੀ ਵੱਲੋਂ ਇੱਕ ਖਾਸ ਕੈਂਪੇਨ ਵਿਢਿਆ ਜਾ ਰਿਹਾ। ਇਹ ਕੈਂਪੇਨ ਹੈ ਨੌਜਵਾਨ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਮਦਦ ਕਰਨ ਦਾ। ਕਿਸ ਤਰ੍ਹਾਂ ਇਸ ਆਰਗੇਨਾਈਜੇਸ਼ਨ ਦੇ ਨੁਮਾਇੰਦੇ ਇਸ ਮਦਦ ਨੂੰ ਸਰ ਅੰਜਾਮ ਦੇ ਰਹੇ ਨੇ, ਬੇਸ਼ੱਕ ਉਹਦੇ 'ਚ ਬੈਂਕਿੰਗ ਦੇ ਹੱਲ ਕੱਢਣੇ ਹੋਣ ਜਾਂ ਫਿਰ ਜ਼ਰੂਰਤਮੰਦ ਵਿਦਿਆਰਥੀਆਂ ਤੱਕ ਰਸਦ ਅਤੇ ਗਰੋਸਰੀ ਦਾ ਸਮਾਨ ਪਹੁੰਚਾਉਣਾ ਹੋਵੇ, ਸਾਡੇ ਸਹਿਯੋਗੀ ਗਗਨ ਬਾਬਰਾ ਨੇ ਇਸ ਸੰਬੰਧੀ ਇਹਨਾਂ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ ਹੈ। ਕੋਰੋਨਾ ਵਾਇਰਸ ਕਰਕੇ ਬਹੁਤ ਸਾਰੇ ਲੋਕ ਤਾਂ ਪਰੇਸ਼ਾਨ ਨੇ, ਲੇਕਿਨ ਇੱਕ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਸੀ ਇਸ ਟਾਈਮ ਤੇ, ਮੈਂ ਕਹਾਂਗੀ ਕਿ ਮੁੱਦਾ ਬਣਿਆ ਹੋਇਆ ਹੈ ਅੱਜ ਦੀ ਡੇਟ ਦਾ, ਉਹ ਹੈਗਾ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ। ਕਿਉਂਕਿ ਸਭਨਾਂ ਨੂੰ ਪਰੇਸ਼ਾਨੀ ਤੇ ਆ ਰਹੀ ਹੈ, ਲੇਕਿਨ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਸ਼ਾਇਦ ਹੀ ਕੋਈ ਸਮਝ ਸਕਦਾ ਹੈ। ਸਾਡੇ ਨਾਲ ਇੱਥੇ ਗੁਰਨਾਮ ਜੀ ਤੇ ਵ੍ਰਿਤਪਾਲ ਜੀ ਨੇ ਏਸਿਕਸ ਤੋਂ, ਜਿਹੜੇ ਕਿ ਫਾਊਂਡਰ ਐਂਡ ਉਹ ਨਾਲ ਐਮਬੈਸਡਰ ਐਂਡ ਸੀਓ ਨੇ, ਐਮ ਆਰ ਆਈ ਹਾਂਜੀ ਠੀਕ ਹੈ, ਉਹਨਾਂ ਏਸਿਕ ਆਰਗੇਨਾਈਜੇਸ਼ਨ ਦੇ, ਜਿਹੜੇ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਜ਼ਿਆਦਾ ਲੋਕ ਨਹੀਂ ਪੁੱਛ ਰਹੇ ਨੇ, ਇਹਨਾਂ ਨੇ ਕੁਛ ਐਸੇ ਮੁੱਦੇ ਫੜੇ ਨੇ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਲਈ ਨੇ। ਸੋ ਅਗਰ ਮੈਂ ਸ਼ੁਰੂਆਤ ਕਰਨੀ ਚਾਹਾਂ ਤਾਂ ਮੈਂ ਪਹਿਲਾਂ ਇਹ ਪੁੱਛਣਾ ਚਾਹਾਂਗੀ ਕਿ ਕਿਹੜੇ ਕਿਹੜੇ ਐਸੇ ਮੁੱਦੇ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਲਈ ਬਹੁਤ ਜ਼ਿਆਦਾ ਇਸ ਟਾਈਮ ਤੇ ਮੁਸ਼ਕਿਲ ਦਾ ਕਾਰਨ ਬਣੇ ਹੋਏ ਨੇ। ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇੱਥੇ ਦੱਸਣ ਲਈ ਦੱਸਿਆ ਕਿ ਅਸੀਂ ਕੀ ਕਰ ਰਹੇ ਨੇ। ਕਿ ਜਿੱਦਾਂ ਤੁਸੀਂ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਅਗਰ ਕੋਈ ਸਮਝ ਸਕਦਾ ਹੈਗਾ, ਉਹ ਉਹੀ ਹੋਏਗਾ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਰਿਹਾ ਹੋਏਗਾ, ਤੇ ਉਸ ਟਾਈਮ 'ਚ ਕਿੰਨੀ ਦਿੱਕਤਾਂ ਲੋਕਾਂ ਨੂੰ ਆਈ ਹੋਣਗੀਆਂ, ਤੇ ਉਸ ਹਿਸਾਬ ਨਾਲ ਅਸੀਂ ਕਾਫੀ ਆਰਗਨਾਈਜੇਸ਼ਨ ਨਾਲ ਐਸੋਸੀਏਟ ਹੈਗੇ। ਬਟ ਅਸੀਂ ਇਹ ਜਾਣਨ ਲਈ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਪ੍ਰੋਬਲਮ ਕੀ ਹੈਗੀ, ਕੀ ਫੇਸ ਕਰ ਰਹੇ ਨੇ, ਕੀ ਖਾਣ ਦੀ ਹੈ, ਯੂਨੀਵਰਸਿਟੀ ਦੀ ਹੈ, ਮੈਂਟਲ ਪ੍ਰੋਬਲਮ ਹੈ, ਰੈਂਟ ਦੀ ਹੈਗੀ, ਉਹਦੇ ਕਰਕੇ ਅਸੀਂ ਇੱਕ ਸਰਵੇ ਰਨ ਕੀਤਾ ਜਿਹੜਾ ਅਸੀਂ ਕੀਤਾ ਸੀ ਮਾਰਚ ਦੇ ਸੈਕਿੰਡ ਵੀਕ 'ਚ। ਉਹਦੇ ਵਿੱਚ ਸਰਵੇ ਦੇ ਵਿੱਚ ਇਨ ਵਿਦ ਇਨ 2 or 3 ਡੇਜ਼ ਵੀ ਗਟ 300 ਸਟੂਡੈਂਟ ਰਜਿਸਟ੍ਰੇਸ਼ਨ ਵਿਦ ਡਿਫਰੈਂਟ ਡਿਫਰੈਂਟ ਜਿਹੜੇ ਉਹ ਦੱਸ ਰਹੇ ਸੀ ਕਿ ਕੀ ਹੈਗਾ ਪ੍ਰੋਬਲਮ, ਕਿਸੇ ਨੂੰ ਰੈਂਟ ਦੀ ਹੈਗੀ, ਕਿਸੇ ਨੂੰ ਖਾਣੇ ਦੀ ਹੈਗੀ, ਕਿਸੇ ਨੂੰ ਆਪਣੇ ਬਿੱਲ ਨਹੀਂ ਪੇ ਕਰ ਸਕਦੇ ਉਹਦੀ ਹੈਗੀ, ਕਿਸੇ ਦੀ ਯੂਨੀਵਰਸਿਟੀ ਆਨਲਾਈਨ ਹੋ ਗਈ ਉਹਦੀ ਹੈਗੀ, ਤੇ ਉਹ ਸਰਚ ਕਰਕੇ ਅਸੀਂ ਸਰਵੇ ਕੀਤਾ ਤੇ ਰੀਤਪਾਲ ਜੀ ਮੇਰੇ ਨਾਲ ਹੀ ਹੈਗੇ ਤੇ ਉਹਨਾਂ ਨੇ ਫਿਰ ਇੱਕ ਆਊਟਕਮ ਕੱਢਿਆ ਕਿ ਅਸੀਂ ਇਹਨਾਂ ਨੂੰ ਕਿੱਦਾਂ ਸਪੋਰਟ ਕਰ ਸਕਦੇ ਹਾਂ। ਉਸ ਸਰਵੇ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿਸ ਕਿਸ ਦੀ ਕੀ ਕੀ ਮਜਬੂਰੀ ਹੈ, ਕੀ ਕੀ ਕੋਈ ਕੀ ਚਾਹੁੰਦਾ ਹੈਗਾ, ਕਿਹਦੇ ਨਾਲ ਸਪੋਰਟ ਚਾਹੁੰਦਾ ਹੈਗਾ। ਇਹ ਸਰਵੇ ਸਿਡਨੀ ਦੇ ਵਿੱਚ ਨਹੀਂ ਸੀਗਾ, ਇਹ ਸਰਵੇ ਆਸਟ੍ਰੇਲੀਆ ਤੋਂ ਸੀਗਾ, ਜਿਹਦੇ ਵਿੱਚ ਤਸਮੇਨੀਆ, ਡਾਰਵਿਨ, ਪਰਥ ਤੋਂ ਵੀ ਕਾਫੀ ਜਿਹੜੇ ਬੱਚੇ ਨੇ ਉਹਨਾਂ ਰਜਿਸਟ੍ਰੇਸ਼ਨ ਕੀਤੀ ਹੈਗੀ। ਉਹਦੇ ਬਾਅਦ ਅਸੀਂ ਪੋਸਟ ਕੋਡ ਇਨੀਸ਼ੀਏਟਿਵ ਚਲਾਇਆ। ਪੋਸਟ ਕੋਡ ਇਨੀਸ਼ੀਏਟਿਵ ਜਿਹੜਾ ਅਸੀਂ ਟੀਮ ਬਹਿ ਕੇ ਗੱਲ ਕੀਤੀ ਕਿ ਦੇਖੋ ਕੀ ਹੁੰਦਾ ਕਿ ਸਾਰੇ ਹੀ ਜਿੱਦਾਂ ਆਪਾਂ ਸਿੱਖ ਹੈਗੇ ਮਦਦ ਕਰਨ ਨੂੰ ਬਹੁਤ ਜ਼ਿਆਦਾ ਤਿਆਰ ਹੁੰਦੇ ਨੇ, ਬਟ ਮਦਦ ਕਿੱਦਾਂ ਕਿਸਦੀ ਕਰੀਏ, ਇਹ ਬਹੁਤ ਵੱਡਾ ਕੁਐਸਚਨ ਬਣ ਜਾਂਦਾ ਹੈ। ਕਿਉਂਕਿ ਤੁਸੀਂ ਹੁਣ ਜਾ ਕੇ ਗੁਰਦੁਆਰੇ ਤੇ ਦਾਨ ਦੇ ਦਿੰਦੇ ਹੋ ਤੇ ਤੁਸੀਂ ਕਹਿੰਦੇ ਹੋ ਅਸੀਂ ਦਸਵੰਧ ਦੇ ਦਿੱਤਾ, ਇਸ ਵੇਲੇ ਗੁਰਦੁਆਰੇ ਵੀ ਬੰਦ ਨੇ ਤੇ ਤੁਸੀਂ ਕਿਸੇ ਦੀ ਮਦਦ ਕਿੱਦਾਂ ਕਰੋਗੇ। ਤੇ ਅਸੀਂ ਇੱਕ ਪੋਸਟ ਕੋਡ ਇਨੀਸ਼ੀਏਟਿਵ ਕੱਢਿਆ ਤੇ ਉਹ ਬਹੁਤ ਕਾਫੀ ਸਾਡੇ ਲਈ ਹੈਲਪਫੁਲ ਵੀ ਹੋਇਆ ਕਿ ਜੇ ਤੁਸੀਂ ਬਿਜ਼ਨਸ ਹੋ ਜਾਂ ਜੇ ਤੁਸੀਂ ਇੰਡੀਵਿਜੁਅਲ ਹੋ, ਜੇ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਬਿਨਾਂ ਲੁੱਕਾ ਛੁੱਪੀ 'ਚ, ਕਹਿੰਦੇ ਨਾ ਦਾਨ ਜਾ ਕੇ ਦੇ, ਰਜਾ ਕੇ ਦੇ ਤੇ ਛਿਪਾ ਕੇ ਦੇ, ਕਹਿੰਦੇ ਨਾ ਗੁਪਤ ਦਾਨ ਜਿਹੜਾ ਹੁੰਦਾ ਉਹੀ ਲੱਗਦਾ ਹੈਗਾ। ਤੇ ਇਹਦੇ ਵਿੱਚ ਅਸੀਂ ਪ੍ਰਾਈਵੇਸੀ ਕਰਕੇ ਬਰੀਚ ਨਹੀਂ ਕੀਤੀ ਕਿ ਅਗਰ ਤੁਸੀਂ ਕਿਸੇ ਨੂੰ ਮਦਦ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਹ ਬੰਦ, ਅਸੀਂ ਪੋਸਟ ਬਣਾਈ ਫੇਸਬੁੱਕ ਤੇ ਕਿ ਇੰਡੀਵਿਜੁਅਲ ਹੋ ਜਾਂ ਕੋਈ ਬਿਜ਼ਨਸ ਹੋ, ਤੁਸੀਂ ਆਪੇ ਜਾਓ ਉਹ ਬੰਦੇ ਨਾਲ ਗੱਲ ਕਰ ਲਓ, ਉਹ ਟੈਗ ਕਰ ਦੇਗਾ ਮੇਰਾ ਪੋਸਟ ਕੋਡ ਇਹ ਹੈਗਾ ਤੇ ਮੈਂ ਉਸ ਪੋਸਟ ਕੋਡ ਦੇ ਵਿੱਚ ਉਹਦੀ ਮਦਦ ਕਰ ਸਕਦਾ। ਹੁਣ ਤੁਸੀਂ, ਮੈਂ ਸਿਡਨੀ ਦੀ ਗੱਲ ਕਰਾਂਗਾ ਕਿਉਂਕਿ ਮੈਨੂੰ ਮੈਲਬਰਨ ਦੇ ਵਾਵਾ ਸਬਰ ਪਤਾ ਨਹੀਂ ਹੈਗੇ, ਤੇ ਜੇ ਸੋ ਮੈਂ ਤਾਂ ਮੈਲਬਰਨ ਦੱਸ ਦੇਣਾ ਕਿ ਸਿਡਨੀ ਦੇ ਵਿੱਚ ਜੇ ਤੁਸੀਂ ਬਲੈਕ ਟਾਊਨ ਰਹਿੰਦੇ ਹੋ ਤੇ ਕਿਸੇ ਦੀ ਮਦਦ ਤੁਸੀਂ ਸਿਡਨੀ ਬੌਂਡਾਈ ਦੇ ਵਿੱਚ ਕਰਨੀ ਆ, ਬਹੁਤ ਬੜਾ ਡਿਫਰੈਂਸ ਹੈਗਾ। ਉਹਦੇ ਵਿੱਚ ਤੁਸੀਂ ਸੋਚੋ ਕਿ 4 ਵਾਰ ਜਾਣ ਲਈ ਕਿ ਮੈਂ ਉੱਥੇ ਕਿਸੇ ਦੀ ਮਦਦ ਕਰ ਸਕਦਾ ਜਾਂ ਨਹੀਂ ਕਰ ਸਕਦਾ। ਤੇ ਅਸੀਂ ਕੀ ਕੀਤਾ ਕਿ ਜਿਹੜਾ ਲੋਕਲ ਸਬਰਬ ਹੈਗਾ ਉਹਦੇ ਵਿੱਚ ਅਗਰ ਕੋਈ ਕਿਸੇ ਦੀ ਮਦਦ ਕਰਨਾ ਚਾਹੁੰਦਾ ਉਹਨੂੰ ਡਾਇਰੈਕਟ ਅਪਰੋਚ ਕਰਕੇ ਉਹਦੀ ਮਦਦ ਡਾਇਰੈਕਟਲੀ ਜਾ ਕੇ ਕਰਦੇ ਵਿਦਆਊਟ ਸਾਨੂੰ ਨੋਇੰਗ। ਤੇ ਉਹ ਸਾਨੂੰ ਬੜਾ ਹੈਲਪ ਕੀਤਾ। ਕਾਫੀ ਬੰਦੇ ਕਹਿੰਦੇ ਮੈਂ ਗਰੋਸਰੀ ਚ ਕਰ ਸਕਦਾ, ਕਾਫੀ ਬੰਦੇ ਕਹਿੰਦੇ ਮੈਂ ਰੈਂਟ ਤੇ ਰੱਖ ਦੇਣਾ, ਕਾਫੀ ਬੰਦੇ ਕਹਿੰਦੇ ਕਿ ਕੁੜੀਆਂ ਹੈਗੀ ਤੇ ਮੈਂ ਫੈਮਿਲੀ ਦੇ ਨਾਲ ਰਹਿ ਲੈਣ। ਤੇ ਆਪਸ ਚ ਕਨੈਕਟ ਹੁੰਦੇ ਗਏ ਤੇ ਗੱਲ ਆਪਾਂ ਕਰਦੇ ਗਏ, ਉਹਨਾਂ ਨੇ ਸਾਨੂੰ ਦੱਸਿਆ, ਅਸੀਂ ਉਹਨਾਂ ਨੂੰ ਦੱਸਤਾ। ਬਟ ਉਹਦੇ ਵਿੱਚ ਕ੍ਰਾਈਟੀਰੀਆ ਸੀਗਾ ਜੇ ਕੋਈ ਕਿਸੇ ਨੂੰ ਰੈਂਟ ਲਈ ਜਾਂ ਫਾਈਨੈਂਸ਼ਲੀ ਸਪੋਰਟ ਕਰ ਰਿਹਾ ਨਾ, ਤੇ ਉਹਦੀ ਸਟੂਡੈਂਟ ਆਈ ਡੀ ਦੇਖਣੀ ਬਹੁਤ ਜ਼ਰੂਰੀ ਸੀਗੀ। ਖਾਣਾ ਅਸੀਂ ਕਿਸੇ ਨੂੰ ਵੀ ਦੇ ਸਕਦੇ ਹਾਂ, ਤੇ ਅਸੀਂ ਸਾਡੇ ਕਿਉਂਕਿ ਕਾਫੀ ਚੀਜ਼ ਇੱਦਾਂ ਹੋ ਗਈ ਸੀ ਕਿ ਗੱਲ ਨਹੀਂ ਹੋ ਪਾ ਰਹੀ ਸੀ ਕਿ ਉਹ ਕਿੱਦਾਂ ਪ੍ਰੂਵ ਕਰੀਏ ਉਹ ਸਟੂਡੈਂਟ ਹੈਗਾ, ਕਿਉਂਕਿ ਅਸੀਂ ਜਿਹੜਾ ਮਿਸ਼ਨ ਚਲਾਇਆ ਇੰਟਰਨੈਸ਼ਨਲ ਸਟੂਡੈਂਟ ਲਈ ਚਲਾਇਆ। ਜੀ ਗੱਲ ਫਿਰ ਅਸੀਂ ਲੈਟਰ ਭੇਜੀ ਪ੍ਰਾਈਮ ਮਿਨਿਸਟਰ ਨੂੰ ਕੀ ਮੁੱਦੇ ਹੈਗੇ, ਕੀ ਕੀ ਦਿੱਕਤਾਂ ਹੋ ਰਹੀ ਨੇ। ਉਹਦੇ ਬਾਅਦ ਫਿਰ ਅਸੀਂ ਲੈਟਰ ਭੇਜੀ ਟੈਲਸਟਰਾ, ਆਪਟਸ, ਵੋਡਾਫੋਨ ਨੂੰ, ਜਿੱਦਾਂ ਸਾਰੇ ਜਿਹੜੇ ਮਿਨਿਸਟਰ ਸੀਗੇ ਉਹਨਾਂ ਨੇ ਕਿਹਾ ਕਿ ਸੋਰੀ ਟੈਲਸਟਰਾ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਫ੍ਰੀ ਕਰਤਾ, ਉਹ ਫ੍ਰੀ ਕਰਤਾ।
ਬਾਕੀ ਰੀਤਪਾਲ ਭਾਜੀ ਨੂੰ ਮੈਂ ਦੱਸਾਂਗਾ ਕਿ ਰੀਤਪਾਲ ਭਾਈ ਤੁਸੀਂ ਦੱਸੋ ਕਿ ਰੈਂਟ ਦਾ ਫਿਰ ਆਪਾਂ ਕਿੱਦਾਂ ਕੀਤਾ। ਜਿਹੜੇ 200 ਬੱਚੇ ਜਿਹੜੇ ਸ਼ੁਰੂ ਸ਼ੁਰੂ 'ਚ ਆਏ ਤੇ ਉਹਨਾਂ ਦੇ ਨਾਲ ਮੈਂ ਖੁਦ ਤੇ ਰੀਤਪਾਲ ਭਾਜੀ ਖੁਦ ਕਾਲ ਕੀਤੀ ਅਸੀਂ। ਉਹ ਕਾਲ ਕੀਤੀ ਤੇ ਬੜੀ ਇਮੋਸ਼ਨਲ ਸੀਗੀ। ਜਿਹੜੇ ਕੁਝ ਬੱਚੇ ਕਹਿ ਰਹੇ ਸਾਡੇ ਕੋਲ ਪੈਸੇ ਨਹੀਂ ਹੈਗੇ, ਸਾਡੇ ਕੋਲ ਰੈਂਟ ਦੇ ਪੈਸੇ ਨਹੀਂ ਹੈਗੇ, ਉਹਨਾਂ ਨੇ ਦੱਸਿਆ ਸਾਨੂੰ ਕਿ ਸਾਡੇ ਕੋਲ ਯੂਨੀਵਰਸਿਟੀ ਇੰਟਰਨੈਟ ਆਨਲਾਈਨ ਹੋ ਗਈ ਨੇ ਤੇ ਸਾਡਾ ਹੁਣ ਨਾ ਲੈਪਟਾਪ ਹੈਗਾ ਸਾਡੇ ਕੋਲ, ਕਿਉਂਕਿ ਅਸੀਂ ਖਰਾਬ ਹੋ ਗਿਆ ਕੁਝ ਹੋ ਗਿਆ ਤੇ ਇੰਟਰਨੈਟ ਵੀ ਨਹੀਂ ਅਸੀਂ ਯੂਜ਼ ਕਰ ਰਹੇ ਯੂਨੀਵਰਸਿਟੀ ਦਾ, ਤੇ ਇੰਟਰਨੈਟ ਦੇ ਹੀ ਬਿੱਲ ਆ ਰਹੇ ਨੇ, ਉਹ ਡਾਟਾ ਜ਼ਿਆਦਾ ਯੂਜ਼ ਹੋ ਰਿਹਾ। ਉਹਦੇ ਕਰਕੇ ਅਸੀਂ ਸਾਰੇ ਮਿਨਿਸਟਰ ਨੂੰ ਔਰ ਟੈਸਟਰਾਂ ਨੂੰ ਇਨਫੋਰਮ ਕੀਤਾ। ਬਟ ਜਿਹੜਾ ਤੁਸੀਂ ਕੁਐਸਚਨ ਕੀਆ ਕਿ ਸਰਵੇ ਦੇ ਵਿੱਚ, ਮੈਨੂੰ ਨਹੀਂ ਲੱਗਦਾ ਸਾਨੂੰ ਕੋਈ ਬਾਵਾ ਦਿੱਕਤਾਂ ਆਈ। ਅਸੀਂ ਇੱਕ ਫੋਰਮ ਬਣਾਤਾ, ਉਹ ਸਾਡੀ ਵੈਬਸਾਈਟ ਤੇ ਹਲੇ ਵੀ ਪਿਆ ਤੇ ਸਾਨੂੰ ਹਲੇ ਤੱਕ ਸਰਵੇ ਆ ਰਹੇ ਨੇ, ਤੇ ਅੱਜ 3 ਹਫ਼ਤੇ ਹੋ ਗਏ ਸ਼ਾਇਦ ਉਸ ਗੱਲ ਨੂੰ, ਤੇ ਸਾਡੇ ਕੋਲ 1200 ਬੱਚੇ ਦੇ ਸਰਵੇ ਆ ਚੁੱਕੇ ਨੇ। ਸਰਵੇ ਦੇ ਮੁਤਾਬਿਕ ਸਭ ਤੋਂ ਅਕੋਰਡਿੰਗ ਟੂ ਇੰਟਰਨੈਸ਼ਨਲ ਸਟੂਡੈਂਟ ਸਭ ਤੋਂ ਉੱਪਰ ਜਿਹੜੀ ਮੇਨ ਜਿਹੜਾ ਮੈਂ ਕਹਿ ਸਕਦੀ ਕਿ ਮੁਸ਼ਕਲ ਹੈਗੀ ਆ ਫੋਰ ਇੰਟਰਨੈਸ਼ਨਲ ਸਟੂਡੈਂਟਸ, ਉਹ ਕਿਹੜੀ ਸੀ ਜਿਹਦੇ ਬਾਰੇ ਤੁਹਾਨੂੰ ਧਿਆਨ ਦੇਣ ਦੀ ਲੋੜ ਪਈ? ਮਤਲਬ ਸਭ ਤੋਂ ਜ਼ਿਆਦਾ ਦਿੱਕਤਾਂ ਸੀਗੀ ਇੱਕ ਰੈਂਟ ਦੀ, ਇੱਕ ਇੰਟਰਨੈਸ਼ਨਲ ਸਟੂਡੈਂਟ ਦੇ ਕੋਲ ਪੈਸੇ ਇੱਥੇ ਮੰਗਾਉਣ ਦੀ, ਇੱਕ ਇੰਡੀਆ ਵਿੱਚ ਲੋਕਡਾਊਨ ਹੋ ਗਿਆ ਸੀ ਉਹਦੀ, ਤੇ ਦੂਜੀ ਗੱਲ ਯੂਨੀਵਰਸਿਟੀ ਆਨਲਾਈਨ ਹੋ ਗਏ ਨੇ ਤੇ ਉਹਨਾਂ ਦੀ ਫੀਸ ਵੀ ਆ ਗਈ ਸੀ ਤੇ ਫੀਸ ਯੂਨੀਵਰਸਿਟੀ ਮੰਗ ਰਹੀ ਸੀ ਉਹਨਾਂ ਦੇ ਕੋਲ ਇਹ ਲੋਕਡਾਊਨ ਦੇ ਵਿੱਚ, ਜਿਹੜਾ COVID-19 ਦੇ ਪੀਰੀਅਡ ਦੇ ਵਿੱਚ ਵੀ। ਤੇ ਕਾਫੀ ਦਿੱਕਤਾਂ ਐ ਸੀ ਕਿ ਕਾਫੀ ਬੱਚੇ ਨੇ ਇੰਡੀਆ ਜਾਣਾ ਸੀ ਔਰ ਕਾਫੀ ਬੱਚੇ ਕਹਿ ਰਹੇ ਸੀ ਕਿ ਸਾਡਾ ਫਿਊਚਰ ਨਹੀਂ ਹੈਗਾ ਹੁਣ ਇੱਥੇ, ਤੇ ਅਸੀਂ ਖੁਦ ਗੱਲ ਕਰਕੇ ਉਹਨਾਂ ਦੇ ਮਾਂ ਪਿਓ ਨੂੰ ਗੱਲ ਕਰਕੇ ਇਹੀ ਸਮਝਾਇਆ ਕਿ ਸਭ ਕੁਝ ਠੀਕ ਹੈਗਾ, ਇੰਡੀਆ ਦੇ ਵਿੱਚ ਵੀ ਹੈਗਾ ਹੈ, ਇੱਥੇ ਵੀ ਹੈਗਾ, ਤੁਸੀਂ ਬਾਹਰੋਂ ਆਏ ਹੋ ਲੋਨ ਲੈ ਕੇ ਆਏ ਹੋ, ਆਪਣਾ ਪਤਾ ਨਹੀਂ ਕਿੱਦਾਂ ਤੁਸੀਂ ਪੜ੍ਹਾਈ ਦੇ ਵਿੱਚ ਕਿੱਦਾਂ ਫੀਸ ਫੂਸ ਇਕੱਠੀ ਕਰਕੇ ਪੇਅਰ ਕਰ ਰਹੇ ਹੋ, ਤੁਸੀਂ ਤੁਹਾਨੂੰ ਜਾਣ ਦੀ ਲੋੜ ਨਹੀਂ ਹੈਗੀ। ਤੇ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਨੇ ਕਿਸੇ ਨੂੰ ਇਹ ਨਹੀਂ ਕਿਹਾ ਸੀ ਕਿ ਤੁਸੀਂ ਆਪਣੇ ਕੰਟਰੀ ਚਲੇ ਜਾਓ, ਉਹਨੇ ਕਿਹਾ ਜਿਹੜੇ ਸਪੋਰਟ ਨਹੀਂ ਕਰ ਸਕਦੇ ਆਪਣੇ ਆਪ ਨੂੰ ਉਹ ਜਾ ਸਕਦੇ ਨੇ। ਤੇ ਉਹਦੇ ਲਈ ਅਸੀਂ ਇਹ ਕਿਹਾ ਸੀ ਕਿ ਅਗਰ ਤੁਸੀਂ ਸਪੋਰਟ ਨਹੀਂ ਕਰ ਸਕਦੇ ਸਾਡੇ ਕੋਲ ਆਓ, ਹੋਰ ਵੱਡੀ ਆਰਗਨਾਈਜੇਸ਼ਨ ਹੈਗੀਆਂ ਜਿਹੜੀ ਤੁਹਾਨੂੰ ਸਪੋਰਟ ਕਰ ਸਕਦੀਆਂ, ਬਟ ਤੁਸੀਂ ਆਪਣੇ ਫਿਊਚਰ ਨਾਲ ਕੋਈ ਏਦਾਂ ਦਾ ਖਿਲਵਾੜ ਨਾ ਕਰੋ ਜਿਹਦੇ ਵਿੱਚ ਇੱਕ ਤੁਸੀਂ ਈਜ਼ੀ ਸਟੈਪ ਲੈ ਜਾਓ। ਮੈਂ ਤੁਹਾਨੂੰ ਇੱਕ ਗੱਲ ਹਾਈਲਾਈਟ ਕਰਾਂਗਾ ਕਿ ਇੰਡੀਆ ਦੇ ਵਿੱਚ ਇਸ ਵੇਲੇ ਜਿੰਨੇ ਬੱਚੇ ਹੈਗੇ ਉਹ ਸਟੂਡੈਂਟ ਜਿਹੜੇ ਗਏ ਸੀ ਉੱਥੇ, ਉਹ ਫਸ ਗਏ ਉੱਥੇ, ਉਹਨਾਂ ਦਾ ਹਰ ਤੀਜੇ ਦਿਨ ਈਮੇਲ ਆਉਂਦੀ ਹੈ ਸਾਨੂੰ ਜਾਂ ਫੋਨ ਆਉਂਦਾ ਕਿ ਅਸੀਂ ਕਦ ਆਵਾਂਗੇ, ਤੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਕਿਹਾ ਮੈਂ ਤੁਸੀਂ ਉੱਥੇ ਜਾ ਕੇ ਉਹੀ ਕੰਮ ਕਰਨਾ ਹੈਗਾ, ਤੁਸੀਂ ਇੱਥੇ ਸੇਫ ਹੋ। ਨਹੀਂ, ਟਰੂ ਹੈ। ਤੇ ਹੁਣ ਅਗਰ ਗੱਲ ਕਰੀਏ ਜਿਸ ਤਰ੍ਹਾਂ ਰੀਤਪਾਲ ਜੀ ਤੁਸੀਂ ਆਲਰੇਡੀ ਕਰਨ ਲੱਗੇ ਸੀਗੇ ਵਿੱਚੋਂ ਮੈਂ ਇੰਟਰਪਟ ਕਰ ਦਿੱਤਾ, ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜਦੋਂ ਸਰਵੇ ਆਇਆ ਤੇ ਅਗਲਾ ਸਟੈਪ ਚੁੱਕਿਆ ਤੁਸੀਂ? ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਭ ਨੂੰ, ਤੇ ਥੈਂਕ ਯੂ ਸੋ ਮਚ ਫੋਰ ਇਨਵਾਈਟਿੰਗ ਅਸ। ਆਈ ਥਿੰਕ ਸਭ ਤੋਂ ਵੱਡੀ ਅਸੀਂ ਇਹ ਕੀਤਾ ਕਿ ਅਸੀਂ ਡੇਟਾ ਕੋਲੇਕਟ ਕੀਤਾ ਕਿ ਸਭ ਤੋਂ ਜ਼ਿਆਦਾ ਦਿੱਕਤਾਂ ਕਿਹੜੀ ਕਿਹੜੀ ਚੀਜ਼ਾਂ 'ਚ ਆਈਆਂ ਨੇ, ਅਸੀਂ ਉਹਨਾਂ ਨੂੰ ਕੈਟਾਗਰਾਈਜ਼ ਕਰਨਾ ਸ਼ੁਰੂ ਕੀਤਾ ਕਿ ਅਲੋਟ ਆਫ ਸਟੂਡੈਂਟਸ ਫੇਸ ਕੇ ਉਹਨਾਂ ਨੂੰ ਗਰੋਸਰੀ ਦੀ ਆਈ, ਕਈਆਂ ਨੂੰ ਰੈਂਟ ਦੀ ਆਈ, ਅਤੇ ਅਸੀਂ ਉਹ ਲਿਸਟ ਤਿਆਰ ਕੀਤੀ ਕਿ ਕਿਹੜੇ ਏਰੀਆ 'ਚ ਕਿਹੜੇ ਸਬਰਬ 'ਚ ਕਿਹੜੇ ਕਿਸ ਨੂੰ ਦਿੱਕਤ ਹੈ ਅਤੇ ਅਸੀਂ ਉਸ ਉੱਤੇ ਐਕਸ਼ਨ ਕਰਨਾ ਸੀ। ਅਤੇ ਜਿਹੜੀ ਸਾਡੀ ਟੀਮ ਹੈ ਉਹ ਅਸੀਂ ਇਸ ਤਰ੍ਹਾਂ ਡਿਵਾਈਡ ਕੀਤੀ ਕਿ ਕੁਝ ਬੰਦੇ ਕਿਸੇ ਪਰਟੀਕੁਲਰ ਸਬਰਬਸ 'ਚ ਜਾ ਕੇ ਕਿਸੇ ਨੂੰ ਗਰੋਸਰੀ ਦੀ ਸਪੋਰਟ ਕਰ ਰਹੇ ਨੇ, ਅਤੇ ਕਿਸੇ ਨੂੰ ਜੇ ਰੈਂਟਲ ਦੀ ਆ ਅਕੋਮੋਡੇਸ਼ਨ ਦੀ ਆ ਉਹ ਉਹਨਾਂ ਨਾਲ ਗੱਲਬਾਤ ਕਰਕੇ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਨੇ, ਉਹ ਉਸ ਪਾਸੇ ਗਏ। ਅਸੀਂ ਇਹ ਸਾਰਾ ਕੰਮ ਆਪਣਾ ਟੀਮ 'ਚ ਡਿਵਾਈਡ ਕਰਕੇ ਕੀਤਾ ਕਿ ਕਿਹੜੀ ਕਿਹੜੀ ਚੀਜ਼ ਕਰਨੀ ਸੀ, ਅਤੇ ਅਸੀਂ ਉਹ ਲਿਸਟ ਤਿਆਰ ਕੀਤੀ। ਅਤੇ ਅਸੀਂ ਹੁਣ ਰੈਂਟਲ ਹੋ ਗਿਆ, ਗਰੋਸਰੀ ਹੋ ਗਿਆ, ਕਈਆਂ ਦੀ ਮੋਬਾਈਲ ਦੇ ਪਲਾਨਸ ਦੇ ਬਿੱਲ ਹੈਗੇ, ਜਿਹੜੇ ਸਟੂਡੈਂਟਸ ਬਾਹਰੋਂ ਆਏ ਨੇ ਉਹਨਾਂ ਨੂੰ ਤਕਲੀਫ ਹੈ ਕਿ ਨਹੀਂ ਹੋ ਕਰ ਸਕਦਾ, ਤਾਂ ਸਾਡੇ ਕੋਲੋਂ ਜਿੰਨਾ ਸਪੋਰਟ ਹੋ ਸਕਦਾ ਅਸੀਂ ਕਰ ਰਹੇ ਨੇ ਇਸ ਟਾਈਮ 'ਚ ਸਾਰਾ। ਹੋਰ ਅਸੀਂ ਬਥੇਰੇ ਇਨੀਸ਼ੀਏਟਿਵਸ ਲੈ ਰਹੇ ਹਾਂ ਸਟੂਡੈਂਟ ਵਾਸਤੇ ਜਿਨ੍ਹਾਂ ਨੂੰ ਦਿੱਕਤਾਂ ਹੋ ਰਹੀਆਂ, ਜਿਵੇਂ ਗੁਰਨਾਮ ਜੀ ਨੇ ਕਿਹਾ ਕਿ ਸਭ ਤੋਂ ਵੱਡਾ ਇਸ ਟਾਈਮ ਇਸ਼ੂ ਕੀ ਹੈ, ਮੈਂਟਲ ਹੈਲਥ ਦਾ, ਕਿ ਲੋਕਾਂ ਨੂੰ ਸਟੂਡੈਂਟਸ ਨੂੰ ਖਾਸ ਕਰ ਐਂ ਲੱਗੇ ਕਿ ਹੁਣ ਸਾਡਾ ਇੱਥੇ ਕੋਈ ਫਿਊਚਰ ਨਹੀਂ ਹੈ, ਅਤੇ ਉਹ ਬੜੇ ਘਬਰਾਏ ਮਹਿਸੂਸ ਕਰਦੇ ਨੇ। ਅਤੇ ਆਈ ਥਿੰਕ ਇਸ ਏਜ 'ਚ ਕਾਊਂਸਲਿੰਗ ਦੀ ਉਹਨਾਂ ਨੂੰ ਬੜੀ ਜ਼ਰੂਰਤ ਸੀ, ਇਨ ਟਰਮਸ ਆਫ ਮੈਚੋਰਿਟੀ ਉਹ ਓਨੀ ਨਹੀਂ ਸੀ। ਅਤੇ ਸਾਡੀ ਟੀਮ 'ਚ ਅਤੇ ਖਾਸ ਗੁਰਨਾਮ ਨੇ ਉਹਨਾਂ ਨੂੰ ਕਾਊਂਸਲਿੰਗ ਕੀਤੀ, ਉਹਨਾਂ ਦਾ ਪੇਰੈਂਟਸ ਨਾਲ ਗੱਲ ਕੀਤੀ ਕਿ ਸਮਝਾਇਆ ਕਿ ਇਹ ਇੱਕ ਇੰਟਰਿਮ ਸਿਚੁਏਸ਼ਨ ਹੈ, ਕਿਉਂਕਿ ਕਦੀ ਨਾ ਕਦੀ ਤਾਂ ਇਹ ਖਤਮ ਹੋਣੀ ਹੈ ਅਤੇ ਅਸੀਂ ਵਾਪਸ ਉਸ ਰਾਹ 'ਤੇ ਆਉਣਾ ਹੈ, ਅਤੇ ਇੰਨੇ ਪੈਸੇ ਲਗਾ ਕੇ ਉਹ ਵਾਪਸ ਜਾਣਗੇ ਤਾਂ ਕੋਈ ਫਾਇਦਾ ਨਹੀਂ। ਅਤੇ ਉਹ ਮੈਂਟਲ ਹੈਲਥ ਅਤੇ ਕਾਊਂਸਲਿੰਗ ਸੈਸ਼ਨ ਜਿਹੜੇ ਅਸੀਂ ਕੀਤੇ ਨੇ ਬਹੁਤ ਇਫੈਕਟਿਵ ਹੋਏ ਸਟੂਡੈਂਟਸ, ਕਈਆਂ ਦਾ ਬਹੁਤ ਮਾਇੰਡਸੈਟ ਚੇਂਜ ਹੋਇਆ, ਕਈ ਕਈ ਲੋਕ ਤਾਂ ਸਟੱਡੀਜ਼ 'ਤੇ ਕੰਸਨਟ੍ਰੇਟ ਨਹੀਂ ਕਰ ਪਾ ਰਹੇ ਸੀ, ਔਨਲਾਈਨ ਸਟੱਡੀਜ਼ ਕਿਉਂਕਿ ਹੋ ਗਏ ਹੈ, ਅਤੇ ਉਹ ਹੁਣ ਸਾਨੂੰ ਉਹਦਾ ਕਾਫੀ ਅੱਛਾ ਫੀਡਬੈਕ ਮਿਲਿਆ ਕਾਊਂਸਲਿੰਗ ਸੈਸ਼ਨਸ ਦਾ ਉਹਦਾ। ਅਤੇ ਅਸੀਂ ਆਪਣੀ ਔਰ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ
ਕਾਫੀ ਉਹਨਾਂ ਨੂੰ ਇੰਟਰੈਕਟ ਕਰਾਈ, ਜਿਵੇਂ ਅਸੀਂ ਵੈਬਿਨਾਰ ਸੈਸ਼ਨਸ ਕਰ ਰਹੇ ਹਾਂ। ਅਸੀਂ ਹੁਣੇ ਕਾਉਂਸਲ ਜਨਰਲ ਆਫ ਇੰਡੀਆ ਨਾਲ ਕੀਤਾ ਸਟੂਡੈਂਟਸ ਇੰਟਰੈਕਸ਼ਨ, ਹੁਣੇ ਅਸੀਂ ਥੋੜ੍ਹੇ ਦਿਨ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਜਿਹੜੇ ਆਸਟ੍ਰੇਲੀਆ ਦੇ ਸੀਈਓ ਹੈ ਉਹਦੇ ਨਾਲ ਸੈਸ਼ਨ ਕੀਤਾ ਸਟੂਡੈਂਟਸ ਦਾ, ਜਿਨ੍ਹਾਂ ਨੂੰ ਰੈਮਿਟੈਂਸ ਜਾਂ ਲੋਨ ਰੀਪੇਮੈਂਟ ਦੀ ਪ੍ਰੋਬਲਮ ਆਈ, ਕਿਉਂਕਿ ਸਟੂਡੈਂਟਸ ਨੂੰ ਇਹ ਨਹੀਂ ਪਤਾ ਕਿ ਜਾ ਕੇ ਕਿਸ ਤੋਂ ਪੁੱਛੀਏ। ਅਸੀਂ ਇਸ ਕਰਕੇ ਇਹ ਵੈਬਿਨਾਰ ਕੀਤਾ ਕਿ ਉਹ ਡਾਇਰੈਕਟ ਇੰਟਰੈਕਟ ਕਰ ਸਕੀ, ਅਤੇ ਹੁਣ ਅਸੀਂ ਇੱਕ ਸੈਸ਼ਨ ਕਰ ਰਹੇ ਹਾਂ ਹਾਈ ਕਮਿਸ਼ਨਰ ਦੇ ਨਾਲ ਸਟੂਡੈਂਟਸ ਦਾ, ਕਿ ਸਟੂਡੈਂਟ ਡਾਇਰੈਕਟਲੀ ਉਹਨਾਂ ਕੋਲੋਂ ਆਪਣੇ ਸਵਾਲ ਪੁੱਛ ਸਕਦੇ ਹੈ ਅਤੇ ਉਹ ਆਨਸਰ ਡਾਇਰੈਕਟਲੀ ਉਹਨਾਂ ਕੋਲ ਲੈ ਸਕਦੇ ਨੇ। ਅਤੇ ਹੋਰ ਵੀ ਅਸੀਂ ਕਾਫੀ ਪਲਾਨ ਕੀਤਾ ਯੂਨੀਵਰਸਿਟੀਜ਼ ਨਾਲ ਸਟੂਡੈਂਟਸ ਲਈ, ਜਿਹੜੇ ਕਿ ਉਹ ਡਾਇਰੈਕਟ ਅਪਰੋਚ ਨਹੀਂ ਕਰ ਸਕਦੇ, ਅਸੀਂ ਬਸ ਇੱਕ ਮੀਡੀਅਮ ਬਣ ਕੇ ਉਹਨਾਂ ਦੀ ਸਪੋਰਟ ਕਰਨ ਜਾ ਰਹੇ ਹਾਂ। ਨਹੀਂ ਇਹ ਮੀਡੀਅਮ ਦੀ ਇਸ ਟਾਈਮ ਤੇ ਬਹੁਤ ਜ਼ਿਆਦਾ ਜ਼ਰੂਰਤ ਸੀ। ਤੇ ਹੁਣ ਅਗਰ ਮੈਂ ਗੱਲ ਕਰਾਂ ਕਿ ਤੁਸੀਂ ਜਦੋਂ ਆਪਣਾ ਇੱਕ ਸਰਵੇ ਦੇ ਬਾਅਦ ਉਹਨਾਂ ਦੇ ਵਿੱਚ ਤੁਸੀਂ ਕੈਟੇਗਰਾਈਜ਼ ਕਰਿਆ ਉਹਨਾਂ ਨੂੰ, ਤੁਸੀਂ ਇਹ ਵੀ ਮੈਂਸ਼ਨ ਕੀਤਾ ਕਿ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਈਮੇਲ ਪਾਈ, ਤੁਸੀਂ ਵੋਡਾਫੋਨ ਜਿਵੇਂ ਜਾਂ ਜੋ ਵੀ ਕਮਿਊਨੀਕੇਸ਼ਨ ਇੰਡਸਟਰੀਜ਼ ਨੇ ਜਾਂ ਜਿੱਥੇ ਜਿੱਥੇ ਵੀ ਤੁਸੀਂ ਪਾਣਾ ਚਾਹੁੰਦੇ ਸੀ ਪਾਇਆ। ਅਗਰ ਮੈਂ ਇਹ ਪੁੱਛਾਂ ਕਿ ਉਹਨਾਂ ਤੋਂ ਰਿਸਪੌਂਸ ਕੀ ਆਇਆ ਜਾਂ ਕਿਸ ਤਰ੍ਹਾਂ ਆਇਆ, ਜਾਂ ਉਹਨਾਂ ਦੇ ਰਿਸਪੌਂਸ ਤੋਂ ਤੁਹਾਨੂੰ ਕੁਝ ਨੈਗੇਟਿਵ ਫੀਡਬੈਕ ਮਿਲੀ ਜਾਂ ਪੋਜ਼ਿਟਿਵ ਮਿਲੀ? ਨਹੀਂ, ਆਈ ਥਿੰਕ ਬੜੀ ਵਧੀਆ ਕੁਐਸਚਨ ਤੁਸੀਂ ਕੀਤਾ। ਅਸੀਂ ਦੱਸਿਆ ਵੀ ਹੈਗਾ ਸਾਡੀ ਈਮੇਲ ਦੇ ਵਿੱਚ ਜਿਹੜੇ ਸਟੂਡੈਂਟ ਨੂੰ ਗਈ ਹੈ ਹਲੇ ਤੱਕ, ਸਾਡੇ ਕੋਲ ਬਹੁਤ ਪੋਜ਼ਿਟਿਵ ਰਿਸਪੌਂਸਿਸ ਆਏ ਨੇ। ਜਿਹੜਾ ਟੈਸਟਾ ਦਾ ਸੀਈਓ ਹੈ, ਉਹਨਾਂ ਦਾ ਵੋਡਾਫੋਨ ਦਾ ਸੀਈਓ ਦੇ ਨਾਲ ਈਮੇਲ ਆਈ ਹੈ ਕਿ ਦੇ ਆਲਰੇਡੀ ਪੁੱਟ ਕੁਛ GB ਡਾਟਾ ਰਿਡਕਸ਼ਨ ਕਰਤੀ ਹੈਗੀ, ਤੇ ਉਹਨਾਂ ਨੇ ਇਹ ਵੀ ਇਨਸ਼ੋਰ ਕੀਤਾ ਹੈਗਾ ਕਿ ਇਸ ਟਾਈਮ ਮਾਰਚ ਦੇ ਪਿਛਲੇ ਮਾਰਚ ਫਰਵਰੀ ਤੋਂ ਲੈ ਕੇ ਹੁਣ ਅੱਗੇ ਆਉਣ ਵਾਲੇ ਅਪ੍ਰੈਲ ਔਰ ਮਈ ਤੱਕ ਕਿਸੇ ਦੇ ਵੀ ਬਿੱਲ ਜਿਹੜੇ ਨੇ ਉਹ ਸਸਪੈਂਡਡ ਨਹੀਂ ਹੋਏਗੀ, ਸਰਵਿਸ ਉਹ ਰਹੇਗੀ ਉਹਨਾਂ ਦੇ ਕੋਲ। ਬਾਕੀ ਜਿਹੜੇ ਕੁਝ ਮਿਨਿਸਟਰਾਂ ਨੂੰ ਵੀ ਅਸੀਂ ਲੈਟਰ ਭੇਜੀ ਸੀ, ਉਹਨਾਂ ਦੀ ਪੋਜ਼ਿਟਿਵ ਰਿਸਪੌਂਸ ਆਏ ਨੇ ਦੇ ਦ ਗਵਰਨਮੈਂਟ ਇਜ਼ ਵਰਕਿੰਗ ਔਰ ਸਮਥਿੰਗ। ਕੋਈ ਵੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਿਆਸਤੀ ਮੁੱਦੇ ਏਦਾਂ ਨਹੀਂ ਹੁੰਦੇ ਕਿ ਇੱਕ ਮਿੰਟ 'ਚ ਫੈਸਲਾ ਲੈ ਲਿਆ ਜਾਏ, ਉਦੋਂ ਹੀ ਨਾ ਦੇਖ ਰੇਖ ਹੁੰਦੀ ਹੈ। ਉਹ ਬੱਚਿਆਂ ਨੂੰ ਤੇ ਸਾਰਿਆਂ ਨੂੰ ਸਮਝਣ ਦੀ ਲੋੜ ਹੈਗੀ ਕਿ ਕੋਈ ਚੀਜ਼, ਕੋਈ ਆਪਾਂ ਬੈਠੇ ਹਾਂ ਇੰਨੀ ਸੋਹਣੀ ਕੰਟਰੀ ਦੇ ਵਿੱਚ, ਅਸੀਂ ਬੜਾ ਇਹਦਾ ਸ਼ੁਕਰਾਨਾ ਕਰਦੇ ਹਾਂ ਕਿ ਇਹਦੇ ਵਿੱਚ ਚੀਜ਼ਾਂ ਹੋ ਰਹੀ ਨੇ। ਕੁਛ ਟਾਈਮ ਲੱਗਦੀ ਹੈ, ਅਸੀਂ ਯੂਨੀਵਰਸਿਟੀ ਦੇ ਨਾਲ ਵੀ ਬਹੁਤ ਸਾਰੀ ਗੱਲਾਂ, ਬਹੁਤ ਈਮੇਲਾਂ ਭੇਜੀਆਂ ਨੇ। ਕਾਫੀ ਯੂਨੀਵਰਸਿਟੀ ਨੇ ਸਾਨੂੰ ਰਿਪਲਾਈ ਇਹੀ ਕੀਤਾ ਹੈਗਾ ਕਿ ਵੀ ਆਰ ਡੂਇੰਗ ਸੋ ਮੈਨੀ ਥਿੰਗਸ, ਜਿੱਦਾਂ ਵੈਸਟਰਨ ਸਿਡਨੀ ਯੂਨੀ ਨੇ ਆਪਣੀ ਫੀਸ ਜਿਹੜੀ 10% ਕਰਤੀ ਹੈ, ਉਹਦੇ ਵਿੱਚ ਜਿਹੜੇ ਬੱਚੇ ਪੇ ਕਰ ਚੁੱਕੇ ਨੇ ਉਹਨੂੰ ਰਿਫੰਡ ਮਿਲ ਰਿਹਾ ਹੈਗਾ। ਮਕੁਆਰੀ ਯੂਨੀ ਲੋਨ ਦੇ ਰਹੀ ਹੈ 6 ਮਹੀਨੇ ਲਈ, ਇੰਟਰਸਟ ਫ੍ਰੀ $1,000 $2,000 ਟੀਕਨ ਯੂਨੀਵਰਸਿਟੀ ਦੇ ਵਿੱਚ ਵੀ ਕਾਫੀ। ਇਹ ਬਹੁਤ ਸਾਰੀ ਚੀਜ਼ਾਂ ਹੈਗੀਆਂ, ਬਹੁਤ ਜ਼ਿਆਦਾ ਲੰਬੀ ਗੱਲ ਹੋ ਜਾਣੀ ਹੈ, ਬਟ ਮੈਂ ਤੁਹਾਨੂੰ ਸ਼ੋਰਟ ਇਹੀ ਕਹਾਂਗਾ ਕਿ ਸਾਨੂੰ ਬੜਾ ਹੀ ਪੋਜ਼ਿਟਿਵ ਰਿਸਪੌਂਸ ਆਇਆ। ਹਾਲੇ ਜਿੱਦਾਂ ਰੀਤ ਨੇ ਮੈਂਸ਼ਨ ਕੀਤਾ, ਹਾਈ ਕਮਿਸ਼ਨਰ ਦਾ ਅਸੀਂ ਜਿਹੜਾ ਇੰਟਰੈਕਸ਼ਨ ਸੈਸ਼ਨ ਕਰਾ ਰਹੇ, ਉਹ ਪੂਰੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਸਿਡਨੀ, ਜਿਹੜੇ ਮੈਲਬਰਨ, ਪਰਥ, ਸਾਰੇ ਬੱਚੇ, ਉਹ ਬੱਚੇ ਨੂੰ ਕੌਨਫੀਡੈਂਸ ਕਿੱਦਾਂ ਤੁਸੀਂ ਲਿਆਓਗੇ, ਕਿਸੇ ਵੱਡੇ ਬੰਦੇ ਨਾਲ ਬਿਠਾ ਕੇ, ਗਵਰਨਮੈਂਟ ਰਿਪ੍ਰੈਜੈਂਟੇਟਿਵ ਨਾਲ ਬਿਠਾ ਕੇ ਗੱਲ ਗੁੱਲ ਕਰਾਓਗੇ, ਉਹਨਾਂ ਦਾ ਹੌਸਲਾ ਅਫਜਾਈ ਕਰੋਗੇ, 4 ਬੱਚੇ ਨੂੰ ਦੱਸਣਗੇ ਕਿ ਬਈ ਸਾਰੇ ਸਾਡੇ ਨਾਲ ਹੈਗੇ। ਦੇਖੋ ਜੀ, ਮੈਂ ਕਹਿੰਦਾ ਕਿ ਸਾਰੀ ਜਿਹੜੀ ਐਸੋਸੀਏਸ਼ਨ ਹੈਗੀ ਉਹ ਆਪਣੀ ਥਾਂ ਤੇ ਅਲੱਗ ਅਲੱਗ ਵੱਖ ਵੱਖ ਕੰਮ ਕਰ ਰਹੀ ਹੈ। ਕੋਈ ਖਾਣਾ ਦੇ ਰਿਹਾ, ਕੋਈ ਕੁਛ ਦੇ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਮੈਂਟਲ ਹੈਲਥ ਤੇ ਕਰ ਰਿਹਾ, ਬਈ ਬਿਕੋਜ਼ ਅਸੀਂ ਵੀ ਉਹ ਚੀਜ਼ ਕਰ ਰਹੇ ਹੈਗੇ, ਬਟ ਅਸੀਂ ਜਿਹੜੀ ਚੀਜ਼ ਜ਼ਿਆਦਾ ਇਹ ਫਿਊਚਰ ਲਈ ਹੈਗੀ, ਵੀ ਆਰ ਐਕਚੁਅਲੀ ਵਰਕਿੰਗ ਔਨ ਦਾ ਫਿਊਚਰ। ਜਿਹੜਾ ਇਸ ਵੇਲੇ ਖਾਣਾ ਤੇ ਮਿਲ ਜਾਣਾ ਹੈਗਾ, ਬਟ ਉਹਨਾਂ ਦੀ ਫੀਸ ਕਿੰਨੀ ਰਿਡਿਊਸ ਹੋਏਗੀ, ਉਹਨਾਂ ਦਾ ਆਉਣ ਵਾਲਾ ਸਮੈਸਟਰ ਜਿਹੜਾ ਹੈਗਾ ਉਹਦੀ ਜਿਹੜੀ ਫੀਸ ਦੇਣੀ ਹੈ ਉਹ, ਜਿਹੜਾ ਰੈਂਟਲ ਹੈ ਉਹ, ਜਿਹੜੇ 24 ਇਹਦੇ 20 ਤੇ 40 ਘੰਟੇ ਹੈਗੇ ਉਹ ਉਹਦੇ ਬਾਅਦ ਕਿੱਦਾਂ ਰਹਿਣਗੇ, ਉਹ ਚੀਜ਼ਾਂ ਤੇ ਅਸੀਂ ਕੰਮ ਕਰ ਰਹੇ ਹਾਂਗੇ। ਤੇ ਬਾਕੀ ਰੀਤ ਨੇ ਸਾਰੀ ਚੀਜ਼ਾਂ ਕਵਰ ਕਰਤੀ ਹੈਗੀ, ਅਸੀਂ ਇਹੀ ਕਹਿਣਾ ਚਾਹਾਂਗੇ। ਸੀਗਾ ਤੁਹਾਨੂੰ ਵੀ ਕਿ ਚਲੋ ਕਮਿਊਨੀਕੇਸ਼ਨ ਵਾਲਿਆਂ ਨੇ ਤਾਂ ਪੋਜ਼ਿਟਿਵ ਰਿਸਪੌਂਸ ਦਿੱਤਾ, ਲੇਕਿਨ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਤੇ ਸਟੂਡੈਂਟਸ ਦੇ ਉੱਤੇ ਬਿੱਲ ਹੁੰਦਾ, ਹੁੰਦਾ ਫੀਸ ਦਾ। ਔਰ ਕਿਉਂਕਿ ਅਗਰ ਉਹ ਕਮਾ ਹੀ ਨਹੀਂ ਪਾ ਰਹੇ, ਸਭ ਕੁਛ ਉਹਨਾਂ ਦੀਆਂ ਜੋਬਸ ਜਾ ਚੁੱਕੀਆਂ ਨੇ, ਸਭ ਕੁਛ ਬੰਦ ਹੈ, ਤੇ ਫੀਸ ਦਾ ਮੁੱਦਾ ਤੇ ਸਭ ਤੋਂ ਵੱਡਾ ਮੁੱਦਾ ਹੁੰਦਾ, ਜਿਹਦਾ ਤੁਸੀਂ ਆਂਸਰ ਆਲਰੇਡੀ ਦੇ ਦਿੱਤਾ ਹੈ ਕਿ ਬਹੁਤ ਸਾਰੀਆਂ ਯੂਨੀਵਰਸਿਟੀਜ਼ ਵੀ ਹੈਲਪ ਕਰ ਰਹੀਆਂ ਨੇ। ਲੇਕਿਨ ਇਹ ਤੁਸੀਂ ਗੱਲ ਕੀਤੀ ਹੈ ਕਿ ਵੱਡੀਆਂ ਯੂਨੀਵਰਸਿਟੀ ਦੇ ਵਿੱਚ ਕੁਛ ਛੋਟੇ ਛੋਟੀਆਂ ਯੂਨੀਵਰਸਿਟੀ ਜਾਂ ਛੋਟੇ ਕਾਲਜਿਸ ਵੀ ਹੈਗੇ ਨੇ, ਸੋ ਤੁਹਾਡੀ ਉਹਨਾਂ ਤੱਕ ਅਪਰੋਚ ਹਲੇ ਗਈ ਹੈ ਜਾਂ ਜਾਣ ਵਾਲੀ ਹੈ? ਬੜੇ ਲਾਈਕ ਜਿੱਦਾਂ ਕਾਲਜ ਵਾਲੇ ਬੱਚੇ ਸਾਨੂੰ ਆਏ ਸੀ, ਤੁਸੀਂ ਪਿੱਕ ਕੀਤਾ ਕੁਐਸਚਨ, ਕਾਲਜ ਵਾਲੇ ਬੱਚੇ ਸਾਨੂੰ ਆਏ ਸੀ ਕਿ ਉਹ ਕਿਸੇ ਕਾਲਜ ਡਰਾ ਰਹੇ ਨੇ ਉਹਨਾਂ ਨੂੰ ਕਿ ਤੁਹਾਡੀ ਫੀਸ ਪੇ ਕਰੋ ਨਹੀਂ ਤਾਂ COE ਕੈਂਸਲ ਹੋ ਜਾਏਗੀ। ਬੜੀ ਸਾਰੀ ਚੀਜ਼ਾਂ ਜਿਹੜੇ ਕਰ ਰਹੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰ ਰਹੇ ਨੇ ਕਿ ਇਹ ਜਿਹੜਾ ਟਾਈਮ ਹੈਗਾ, ਕਿਉਂਕਿ ਹੁਣ ਜਿਹੜੀ ਗਵਰਨਮੈਂਟ ਹੈ ਉਹਨੇ ਆਲਰੇਡੀ ਦੱਸਤਾ ਹੈਗਾ ਕਿ ਗ੍ਰਾਂਟ ਵੀ ਮਿਲ ਰਹੀ ਹੈ ਬਿਜ਼ਨਸ ਨੂੰ, ਜਿਹੜਾ ਜੋਬ ਕੀਪਰ ਪਲਾਨ ਹੈ, ਇਫ ਯੂ ਆਰ ਅ ਬਿਜ਼ਨਸ ਦੇ ਆਲਸੋ ਗਵਰਨਮੈਂਟ ਇਜ਼ ਸਪੋਰਟਿੰਗ, ਸੋ ਡੋਂਟ ਡੂ ਵਿਦ ਦੋਜ਼ ਪੀਪਲ, ਸਪੈਸ਼ਲੀ ਜਿਹੜੇ ਇੱਥੇ ਮੋਰ ਦੈਨ 1 ਈਅਰ ਜਿਹੜੇ ਬੱਚੇ ਹੈਗੇ ਔਰ ਜਿਨ੍ਹਾਂ ਨੇ ਸਟੱਡੀ ਖਤਮ ਕਰ ਲਈ, ਉਹ ਵੀ ਕਾਫੀ ਸਟੂਡੈਂਟ ਹੈਗੇ ਜਿਹੜਾ ਇੱਥੇ ਇਕੱਠਾ ਹੈਗਾ, ਉਹ ਕਾਲਜ ਤੇ ਕਾਲਜ ਹੈਗਾ ਉਹਨਾਂ ਦਾ ਜਿਹੜੇ ਵੋਕੇਸ਼ਨਲ ਕਾਲਜ ਚੱਲਦੇ ਨੇ। ਬਟ ਮੈਂ ਜਿਹੜੀ ਅੱਜ ਦੀ ਗੱਲ ਦੱਸ ਰਿਹਾ, ਸਦਰਨ ਕ੍ਰੋਸ ਯੂਨੀਵਰਸਿਟੀ ਦੇ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਦੇ ਚਾਂਸਲਰ ਦੇ ਨਾਲ, ਉਹਨਾਂ ਨੇ ਸਾਨੂੰ ਕਿਹਾ ਕਿ 25% ਜਿਹੜੀ ਫੀਸ ਹੈ
ਤੇ ਉਹ ਯੂਜ਼ਲੀ $5,000 ਲੈਂਦੇ ਸੀ ਸੈਮੈਸਟਰ ਜਦ ਤੁਸੀਂ COE ਐਨਰੋਲ ਕਰਦੇ ਹੋ। ਉਹ ਅੱਜ ਦੀ ਡੇਟ 'ਚ 5,000 ਨਹੀਂ, ਉਹ 2,500 ਹੀ ਲੈ ਰਹੇ ਨੇ। ਉਹਦੇ ਬਾਅਦ ਦੀ ਕੰਡੀਸ਼ਨ ਉਹਨੇ ਇਹ ਰੱਖਤੀ ਕਿ ਅਗਰ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇ ਯੂ ਵੀ ਹੈਵ ਲੈਕ। ਸੋ ਹਰ ਤਰ੍ਹਾਂ ਦਾ ਸਪੋਰਟ ਤੁਹਾਨੂੰ ਮਿਲ ਰਿਹਾ ਹੈਗਾ। ਇੱਕ ਮੈਂ ਤੁਹਾਨੂੰ ਲਾਸਟ ਗੱਲ ਇਹ ਕਰਨਾ ਚਾਹਾਂਗਾ ਜਿਹੜੀ ਤੁਸੀਂ ਸ਼ਾਇਦ ਹਾਈਲਾਈਟ ਕਰਨਾ ਕਿ ਅਗਰ ਇੱਥੇ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਹੈਗਾ ਨਾ, ਉਹ ਸਭ ਤੋਂ ਪਹਿਲਾਂ ਕਿਸੇ ਦੀ ਨਾ ਸੁਣੇ, ਉਹ ਆਪਣੀ ਯੂਨੀਵਰਸਿਟੀ ਕਾਲਜ ਤੇ ਜਾ ਕੇ ਗੱਲ ਕਰੇ। ਉਹਦੇ ਵਿੱਚ ਸਪੋਰਟ ਦਾ ਇੱਕ ਉਹ ਹੈਗਾ, ਉਹਨਾਂ ਦਾ ਐਡਮਿਨ ਹੈਗਾ, ਉਹਨਾਂ ਦੇ ਨਾਲ ਆਪਣੀ ਕੰਡੀਸ਼ਨ ਦੱਸੋ, ਉਹਨਾਂ ਨੂੰ ਦੱਸੋ। ਕਾਫੀ ਯੂਨੀਵਰਸਿਟੀ, ਅੱਜ ਵੀ ਮੇਰੀ ਗੱਲ ਹੋਈ ਸੀ, ਸਿਡਨੀ ਯੂਨੀ ਹੈਗੀ, ਸੋਰੀ ਮਕਵਰੀ ਯੂਨੀ ਹੈਗੀ, ਉਹਨਾਂ ਨੇ ਬਹੁਤ ਸਾਰੀ ਚੀਜ਼ਾਂ ਇੱਦਾਂ ਕੀਤੀਆਂ ਕਿ ਉਹ ਰੈਂਟਲ ਵੀ ਸਪੋਰਟ ਕਰ ਰਹੇ ਨੇ। ਨਹੀਂ, ਤੁਹਾਡਾ ਇਹ ਬਿਲਕੁਲ ਸਹੀ ਗੱਲ ਕਹੀ ਹੈ ਕਿ ਅਗਰ ਮੇਨਲੀ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਹੀ ਕਰਦੇ ਹਾਂ ਤਾਂ ਸਭ ਤੋਂ ਵੱਡਾ ਉੱਪਰ ਮੁੱਦਾ ਆਉਂਦਾ ਕਿ ਉਹ ਆਪਣੀ ਫੀਸ ਕਿੱਥੋਂ ਦੇਣਗੇ। ਕਿਉਂਕਿ ਜਿਵੇਂ ਪਹਿਲਾਂ ਕਹਿ ਦਿੱਤਾ ਕਿ ਬਹੁਤ ਸਾਰੇ ਆਰਗਨਾਈਜੇਸ਼ਨਸ ਵੀ, ਰੈਸਟੋਰੈਂਟਸ ਵਾਲੇ ਵੀ, ਆਮ ਲੋਕ ਵੀ ਫੂਡ ਲਈ ਤਾਂ ਅੱਗੇ ਆਉਂਦੇ ਪਏ ਨੇ, ਰੈਂਟ ਲਈ ਅੱਗੇ ਆਉਂਦੇ ਪਏ ਨੇ, ਬਿਲਸ ਲਈ ਚਲੋ ਥੋੜੇ ਬਹੁਤ ਅੱਗੇ ਆਉਂਦੇ ਪਏ ਨੇ, ਲੇਕਿਨ ਫੀਸ ਇੰਨੀ ਵੱਡੀ ਹੈ ਕਿ ਸਭ ਤੋਂ ਵੱਡਾ ਉਹਨਾਂ ਦਾ ਮੁੱਦਾ ਬਣ ਜਾਂਦਾ। ਲੇਕਿਨ ਇਹ ਵੀ ਬਹੁਤ ਵਧੀਆ ਗੱਲ ਹੈ ਕਿ ਅਗਰ ਸਾਰੀਆਂ ਯੂਨੀਵਰਸਿਟੀਜ਼ ਵੀ ਜਾਂ ਕਾਲਜਿਸ ਵੀ ਜਾਂ ਪ੍ਰਾਈਵੇਟ ਕਾਲਜਿਸ ਵੀ ਅਗਰ ਇਸ ਟਾਈਮ ਤੇ ਮਿਲ ਕੇ ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਹੈਲਪ ਕਰ ਦੇਣ ਤੇ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਿਰ ਦੇ ਉੱਤੇ ਭਾਰ ਹੈ ਉਹ ਠੀਕ ਹੋ ਜਾਏਗਾ। ਔਰ ਕਾਉਂਸਲਿੰਗ ਦੀ ਵੀ ਤੁਸੀਂ ਗੱਲ ਕਹੀ ਹੈ ਤੇ ਮੇਰੇ ਖਿਆਲ ਨਾਲ ਕਿ ਤੁਹਾਡੇ ਨਾਲ ਨਾਲ ਬਹੁਤ ਸਾਰੇ ਹੋਰ ਵੀ ਲੋਕਾਂ ਨੂੰ ਚਾਹੀਦਾ ਜੋ ਆਸ ਪਾਸ ਦੇ ਲੋਕੀ ਵੀ ਨੇ, ਅਗਰ ਉਹ ਮਿਲ ਕੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਥੋੜੀ ਜਿਹੀ ਕਾਉਂਸਲਿੰਗ ਦੇਣ ਤੇ ਇਹ ਵੀ ਬੜਾ ਵੱਡਾ ਫਰਕ ਪੈ ਜਾਏਗਾ। ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਕਾਉਂਸਲਿੰਗ ਦੇ ਰਹੇ ਹੋ, ਕਿਉਂਕਿ ਇਸ ਟਾਈਮ ਤੇ ਮੈਂਟਲ ਸਟ੍ਰੈਸ ਜਿਹੜੇ ਸਟਰੈਂਥ ਦੇਣੀ ਹੈ ਨਾ, ਉਹ ਬੜੀ ਬਹੁਤ ਜ਼ਰੂਰੀ ਹੈ, ਬੜੀ ਵੱਡੀ ਚੀਜ਼ ਹੈ। ਸਾਡੇ ਕੋਲ ਏਦਾਂ ਵੀ ਬੱਚੇ ਦੇ ਜਿਹੜੇ ਰਜਿਸਟ੍ਰੇਸ਼ਨ ਆਈ ਹੈ ਜਿਹੜੇ ਹਲੇ ਫਰਵਰੀ ਦੇ ਵਿੱਚ ਆਏ ਨੇ, ਉਹਨਾਂ ਦੇ ਦੋਸਤ ਵੀ ਨਹੀਂ ਬਣਨੇ। ਤੁਸੀਂ ਮੈਨੂੰ ਗੱਲ ਦੱਸੋ, ਉਹਨਾਂ ਦੇ ਕੋਈ ਬੰਦਾ ਹੀ ਨਹੀਂ ਹੈਗਾ, ਕਿਹਦੇ ਨਾਲ ਗੱਲ ਕਰਨਗੇ, ਕਿੰਨੀ ਕੋਈ ਮੰਮੀ ਪਾਪਾ ਨਾਲ ਗੱਲ ਕਰਨਗੇ, ਕਿਉਂਕਿ ਇੱਥੇ ਦੀ ਸਿਚੁਏਸ਼ਨ ਕਿੱਦਾਂ ਦੀ ਹੈਗੀ ਕੋਈ ਦੱਸਦਾ ਨਹੀਂ ਹੈਗਾ, ਔਰ ਦੱਸਣੀ ਵੀ ਨਹੀਂ ਚਾਹੀਦੀ, ਕਿਉਂਕਿ ਇੱਕ ਮਾਂ ਹੁੰਦੀ ਹੈ, ਉਹ ਮਾਂ ਦਾ ਦਰਦ ਜਿਹੜਾ ਦਿਮਾਗ ਦੂਜਾ ਹੀ ਚੱਲਦਾ ਹੈਗਾ। ਉਹਨਾਂ ਨੂੰ ਤੁਸੀਂ ਦੱਸੋਗੇ ਕਿ ਅਸੀਂ ਖਰਾਬ ਹਾਂ, ਉਹਨੇ ਕਹਿਣਾ ਤੂੰ ਇੱਥੇ ਆ ਜਾ, ਇੱਥੇ ਕੀ ਲੋੜ ਸੀਗੀ। ਪਰ ਮੈਂ ਇਹੀ ਕਹਾਂਗਾ, ਚਾਹਣਾ ਚਾਹਾਂਗਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਉਹ ਵੀ ਨਾ ਦੱਸੋ, ਸਭ ਕੁਛ ਠੀਕ ਹੈਗਾ, ਤੁਹਾਨੂੰ ਕੋਈ ਦਿੱਕਤ ਹੈਗੀ, ਮੇਰਾ ਨੰਬਰ ਹੈਗਾ, ਸਾਡੀ ਐਸੋਸੀਏਸ਼ਨ ਹੈਗੀ, ਕਿਸ ਚੀਜ਼ ਦਾ ਸਪੋਰਟ। ਦੇਖੋ, ਵੀ ਆਰ ਅ ਨੋਨ ਫੋਰ ਪ੍ਰੋਫਿਟ ਆਰਗਨਾਈਜੇਸ਼ਨ, ਅਸੀਂ ਵੀ ਸਾਡੀ ਬੜੀ ਲਿਮਿਟੇਸ਼ਨ ਹੈਗੀ, ਅਸੀਂ ਕੀ ਕਰ ਸਕਦੇ ਹਾਂ ਕੀ ਕਰ ਸਕਦੇ, ਬਟ ਵੀ ਆਰ ਵਨ ਥਿੰਗ ਵੀ ਕੈਨ ਪ੍ਰੋਮਿਸ ਯੂ, ਵੀ ਵਿਲ ਰਾਈਟ ਗਿਵ ਯੂ ਅ ਰਾਈਟ ਡਾਇਰੈਕਸ਼ਨ ਵੇ ਯੂ ਹੈਵ ਟੂ ਗੋ, ਯੂ ਡੋਂਟ ਹੈਵ ਟੂ ਗੋ ਹੇਅਰ ਐਂਡ ਦੇਅਰ, ਕਿਉਂਕਿ ਤੁਹਾਨੂੰ ਪਤਾ ਫੇਕ ਨਿਊਜ਼ ਕੁਛ ਹੋ ਰਿਹਾ, ਕਦੀ ਕੁਛ ਹੋ ਰਿਹਾ, ਕਦੀ ਫਲਾਈਟ ਆ ਰਹੀ ਹੈ, ਕਿੰਨੇ ਗਰੁੱਪ ਇੱਥੇ ਬਣੇ ਨੇ ਵਾਪਿਸ ਜਾਓ ਇੰਡੀਆ, ਬੈਕ ਟੂ ਇੰਡੀਆ, ਉਹਨਾਂ ਨੂੰ ਵੀ ਅਸੀਂ ਕਾਫੀ ਸਮਝਾਇਆ। ਤੇ ਇੱਕ ਹੋਰ ਚੀਜ਼, ਅਸੀਂ ਘੱਟੋ ਘੱਟ 83 ਸਟੂਡੈਂਟ ਨੂੰ ਅਸੀਂ ਖੁਦ ਮੈਂ ਸਮਝਾ ਦਿੱਤਾ ਹੈ ਕਿ ਤੁਸੀਂ ਇੰਡੀਆ ਨਹੀਂ ਜਾਣਾ, ਉਹ ਮੰਨ ਗਏਗਾ। ਉਹਨਾਂ ਨੂੰ ਕਹਿੰਦੇ ਨੇ ਕਿ ਇੱਕ ਛੋਟੇ ਜਿਹੜੇ ਜਵਾਕ ਹੁੰਦੇ ਨੇ, ਇਹ ਟੀਨੇਜਰ ਹੁੰਦਾ, ਇਹਦੇ ਵਿੱਚ ਕਿਸੇ ਦੀ ਡਾਇਰੈਕਸ਼ਨ ਦੀ ਬੜੀ ਜ਼ਰੂਰਤ ਹੁੰਦੀ ਹੈਗੀ, ਤੇ ਅਸੀਂ ਕਹਿੰਦੇ ਹਾਂ ਬਾਬਾ ਨਾਨਕ ਨੇ ਸਾਨੂੰ ਇਹ ਸਮਰਤੀ ਦਿੱਤੀ ਹੈਗੀ, ਕਿਸੇ ਨੂੰ ਕਨਵਿੰਸਿੰਗ ਪਾਵਰ ਦਿੱਤੀ ਹੈਗੀ ਕਿ ਕਹਿਣ ਦੀ। ਰੀਤਪਾਲ ਜੀ ਸਵੇਰੇ ਕੰਮ ਕਰਦੇ ਨੇ ਔਰ ਸ਼ਾਮੀ 4 ਘੰਟੇ ਡੇਲੀ ਦਿੰਦੇ ਨੇ ਇਸ ਪ੍ਰੋਜੈਕਟ ਦੇ ਵਿੱਚ ਕਿ ਆਪਾਂ ਕਿੱਦਾਂ ਹੋਰ ਕੀ ਕਰ ਸਕਦੇ ਹਾਂ। ਸਾਡੇ ਵੈਬੀਨਾਰ ਲਾਈਨਡ ਅਪ ਨੇ ਜਿਹੜੇ ਆਪਾਂ ਵਾਈਸ ਜਿਹੜੇ ਚਾਂਸਲਰ ਨਾਲ ਬੁੱਕ ਕੀਤੇ ਨੇ, ਕੁਛ ਯੂਨੀਵਰਸਿਟੀ ਵੱਲੋਂ ਨਾਲ ਬੁੱਕ ਕੀਤੇ ਨੇ, ਤਾਂ ਕਿ ਉਹ ਜਿਹੜੇ ਖੁਦ ਦੱਸਣਗੇ ਨਾ, ਤੇ ਇਹ ਥੋੜਾ ਹੌਸਲਾ ਅਫਜ਼ਾਈ ਦਾ ਥੋੜਾ ਵੈਬੀਨਾਰ ਦਾ ਸੈਕਸ਼ਨ ਹੈਗਾ ਸਾਡਾ, ਕਿ ਹੌਸਲਾ ਅਫਜ਼ਾਈ ਹੋ ਜਾਏ ਕਿਸੇ। ਬਹੁਤ ਬਹੁਤ ਧੰਨਵਾਦ ਤੁਹਾਡਾ ਰੀਤਪਾਲ ਜੀ, ਤੁਹਾਡਾ ਵੀ ਇਨਫੋਰਮੇਸ਼ਨ ਦੇਣ ਲਈ ਔਰ ਔਨ ਬਿਹਾਫ ਆਫ ਇੰਟਰਨੈਸ਼ਨਲ ਸਟੂਡੈਂਟਸ ਵੀ। ਔਰ ਮੇਰੇ ਖਿਆਲ ਨਾਲ ਉਹਨਾਂ ਦੇ ਮਾਂ ਪਿਓ ਵੀ ਅਗਰ ਇੰਡੀਆ ਤੋਂ ਦੇਖ ਰਹੇ ਹੋਣਗੇ ਜਾਂ ਨਿਊਜ਼ ਤੇ, ਜ਼ਰੂਰ ਖੁਸ਼ ਹੋਣਗੇ ਕਿ ਉਹਨਾਂ ਦੇ ਜਿਹੜੇ ਬੱਚੇ ਇੱਥੇ ਆਏ ਨੇ ਉਹ ਪਰੇਸ਼ਾਨ ਤਾਂ ਚਲੋ ਜ਼ਰੂਰ ਨੇ, ਲੇਕਿਨ ਉਹਨਾਂ ਦੇ ਲਈ ਹੈਲਪ ਵੀ ਅਵੇਲੇਬਲ ਹੈਗੀ ਹੈ ਔਰ ਬਹੁਤ ਸਾਰੇ ਆਪਣੇ ਮੀਤ ਪ੍ਰਾਪ ਆਰਗਨਾਈਜੇਸ਼ਨਸ ਅਵੇਲੇਬਲ ਹੈਗੀਆਂ ਨੇ। ਸਾਰੇ ਪਰੇਸ਼ਾਨ ਨੇ, ਨਾਨਕ ਦੁਖੀਆ ਸਭ ਸੰਸਾਰ, ਠੀਕ ਹੈ ਨਾ। ਰੀਤਪਾਲ ਬਾਜੀ, ਇਫ ਯੂ ਵਾਂਟ ਟੂ ਐਡ ਸਮਥਿੰਗ। ਮੈਂ ਬਸ ਇਹੀ ਕਹਿਣਾ ਚਾਹਾਂਗਾ ਕਿ ਇਨ ਦ ਐਂਡ ਕਿ ਕੰਸਰਨ ਸਭ ਨੂੰ ਹੈ, ਚਿੰਤਾ ਸਭ ਨੂੰ ਹੈ, ਪਰ ਇਹ ਹੈ ਕਿ ਹੋਪ ਵੀ ਹੈਗੀ, ਬਥੇਰੀ ਆਰਗਨਾਈਜੇਸ਼ਨ ਹੈ ਅਤੇ ਸਾਡੀ ਵੀ ਹੈ। ਸੋ ਇਫ ਯੂ ਵਾਂਟ ਟੂ ਜਸਟ ਅਪਰੋਚ, ਕੋਈ ਵੀ ਕੰਸਰਨ ਹੋਏ, ਅਸੀਂ ਆਪਣੇ ਪੂਰੇ ਸ਼ਮਤਾ ਨਾਲ ਪੂਰੀ ਸਪੋਰਟ ਕਰਾਂਗੇ, ਜਿੰਨਾ ਤੱਕ ਹੋ ਸਕਦਾ ਹੈ, ਜਿਸ ਚੀਜ਼ 'ਚ ਹੋ ਸਕਦਾ ਅਸੀਂ ਜ਼ਰੂਰ ਕਰਾਂਗੇ। ਸੋ ਜਸਟ ਅਪਰੋਚ ਅਸ, ਸਾਡੀ ਆਰਗਨਾਈਜੇਸ਼ਨ ਦਾ ਨੰਬਰ ਵਗੈਰਾ ਹੈ ਸਾਰਾ ਆਪਣੀ ਵੈਬਸਾਈਟ 'ਤੇ ਲਿਸਟਡ ਹੈ, ਅਤੇ ਅਸੀਂ ਆਪਣੇ ਕੰਟੈਕਟ 'ਚ ਆਵਾਂਗੇ ਤੁਹਾਡੇ। ਸ਼ੁਕਰੀਆ ਜੀ ਤੁਹਾਡਾ, ਔਰ ਇਹਦੇ ਨਾਲ ਨਾਲ ਮੈਂ ਗਗਨ ਬਮਰਾ, ਪੀ ਟੀ ਸੀ ਨਿਊਜ਼ ਮੈਲਬਨ ਤੋਂ।